ਸੈਂਟਰਲ ਸਬ ਡਿਵੀਜ਼ਨ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜੀ। ਵਾਹਨ ਅਤੇ ਮੋਬਾਈਲ ਖੋਹ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ, ਜਿਹਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ, ਉਹਨਾਂ ਤੋਂ ਹਥਿਆਰ ਬਰਾਮਦ ਕੀਤੇ ਇਸ ਕਰਦੇ ਸੀ ਜੀ। ਔਰ ਇਹਦੇ ਵਿੱਚ 3 ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਹਾਂ, ਤਫਤੀਸ਼ ਕੀਤੀ ਜਾ ਰਹੀ ਹੈ। ਤੈਨੂੰ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਨੇ ਸਰ? ਤੈਨੂੰ ਜਲੰਧਰ ਦੇ ਰਹਿਣ ਵਾਲੇ ਨੇ ਜੀ, ਬਲਕਿ ਗੁਜਾਂ ਦੇ ਹੈ, ਕੋਈ ਕੋਈ ਸਾਡੇ ਜਿਹੜਾ ਲੋਕਲ ਏਰੀਆ ਨੇ ਉੱਥੋਂ ਦੇ ਨੇ ਜੀ। ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਵਹੀਕਲ ਅਤੇ ਮੋਬਾਈਲ ਖੋਹਣ ਵਾਲਾ ਅਤੇ ਚੋਰੀ ਕਰਨ ਵਾਲਾ ਗਰੋਹ ਕਾਬੂ ਕੀਤਾ, ਜਿਹਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ। ਔਰ ਉਹਨਾਂ ਕੋਲੋਂ ਅਸੀਂ 3 ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਤੋਂ 15 ਮੋਬਾਈਲ, ਇੱਕ ਅਨਨੰਬਰਡ ਸਕੂਟੀ ਔਰ ਇੱਕ ਦਫ਼ਤਰ ਬਰਾਮਦ ਕੀਤੀ। ਤੁਰੰਤ ਪਹਿਲੇ ਵੀ ਕੋਈ ਮਾਮਲਾ ਦਰਜ? ਇਹਨਾਂ 'ਚੋਂ ਇੱਕ ਦੇ ਉੱਤੇ 2 ਮੁਕੱਦਮੇ ਦਰਜ ਨੇ, ਇੱਕ ਦੇ ਉੱਤੇ 6 ਮੁਕੱਦਮੇ ਦਰਜ ਨੇ ਪਹਿਲਾਂ।